ਵੀਰਾ ਇਸ ਵਾਰੀ ਆਇਆ ਹੀ ਨਹੀਂ ਹੈਗਾ। ਸੌਣ ਚੜੇ ਨੂੰ ਵੀ ਕਿੰਨੇ ਦਿਨ ਹੋ ਗਏ। ਇੱਕ ਵਾਰੀ ਫੋਨ ਕਰਕੇ ਦੇਖਦੀ ਆ ਉਹਨੂੰ। ਹੈਲੋ ਹੋਰ ਅਮਰ, ਕੀ ਹਾਲ ਚਾਲ ਆ? ਹਾਲ ਵਧੀਆ ਸੀ, ਹੋਰ ਘਰੇ ਸਾਰੇ ਕਿੱਦਾਂ? ਹਾਲ ਤਾਂ ਠੀਕ ਆ ਵੀਰੇ, ਪਰ ਤੁਸੀਂ ਮੈਨੂੰ ਸੰਘਾਰਾ ਦੇਣ ਹੀ ਨਹੀਂ ਆਏ ਹੈਗੇ। ਮੇਰੀ ਸੱਸ ਨੇ ਮੈਨੂੰ 2-3 ਵਾਰੀ ਪੁੱਛ ਲਿਆ ਵੀ ਤੇਰੇ ਭਰਾ ਨਹੀਂ ਆਏ। ਇਹਦੇ ਬਾਰੇ ਵੱਡੇ ਵੀਰ ਨਾਲ ਗੱਲ ਕਰ ਲਓ। ਹੈ, ਇਹਨੇ ਫੋਨ ਕੱਟਤਾ। ਵੱਡੇ ਵੀਰੇ ਨਾਲ ਗੱਲ ਕਰ ਲਓ, ਕਰਕੇ ਦੇਖਦੀ ਆ ਵੀਰੇ ਨਾਲ ਗੱਲ। ਹਾਂ ਭੈਣੇ। ਵੀਰੇ ਕੀ ਹਾਲ ਹੈ? ਅੱਛਾ ਵੀਰੇ, ਬਿਜ਼ੀ ਤਾਂ ਨਹੀਂ ਹੈਗਾ? ਨਹੀਂ ਨਹੀਂ ਫ੍ਰੀ ਹਾਂ, ਬੋਲ ਭੈਣੇ, ਕੀ ਕੰਮ ਹੈ? ਅੱਛਾ ਵੀਰੇ, ਫਿਰ ਇੱਕ ਗੱਲ ਦੱਸ, ਘਰ ਕੋਈ ਗੱਲ ਹੋਈ ਆ? ਨਹੀਂ, ਤੈਨੂੰ ਕਿਸੇ ਨੇ ਕੁਝ ਕਿਹਾ ਭੈਣੇ? ਅਮਰ ਨੇ ਕਦੇ ਵੀ ਮੇਰੇ ਨਾਲ ਇਦਾਂ ਗੱਲ ਨਹੀਂ ਕੀਤੀ, ਮੈਂ ਤਾਂ ਸਿਰਫ ਸੰਧਾਰੇ ਦੀ ਗੱਲ ਕੀਤੀ ਸੀ। ਤੇਰੀ ਅਮਰ ਨਾਲ ਗੱਲ ਹੋਈ ਆ ਭੈਣੇ, ਹੁਣ ਤੈਨੂੰ ਵੀ ਸਾਰਾ ਕੁਝ ਪਤਾ ਹੋਣਾ ਜ਼ਰੂਰੀ ਆ। ਦੇਖ ਕਿੰਨੀ ਕੁ ਦੇਰ ਹੋਣਾ ਹੁਣ ਐਡਜਸਟਮੈਂਟ ਹੁੰਦੀ। ਮੇਰੇ ਤੋਂ ਲੈ ਜਾਣਾ 2000 ਰੁਪਇਆ, ਸਮਾਨ ਆਉਣਾ 500 ਦਾ, 1500 ਦਾ ਕੋਈ ਹਿਸਾਬ ਹੀ ਨਹੀਂ। ਫੇਰ ਯਾਰ ਮੈਂ ਤੈਨੂੰ ਫੈਕਟਰੀ 'ਚ ਲੱਭੀ ਜਾਣਾ, ਤੂੰ ਇੱਥੇ ਬੈਠਾ ਯਾਰ ਆਰਾਮ ਨਾਲ। ਉਹ ਜਿਹੜੇ ਤੈਨੂੰ ਪੈਸੇ ਦਿੱਤੇ ਸੀ 2000 ਰੁਪਇਆ, ਉਹ 'ਚੋਂ ਪੈਸੇ ਬਾਕੀ ਬਚੇ ਹੋਣੇ ਉਹਦੇ। ਬਾਕੀ ਪੈਸੇ? ਉਹ ਤਾਂ ਖਰਚੇ ਗਏ। ਖਰਚੇ ਗਏ ਮਤਲਬ? ਇਹੋ ਜਿਹਾ ਤੂੰ ਕੀ ਲੈ ਕੇ ਆਇਆ? ਉਹ ਯਾਰ ਜਿੱਥੇ ਮਰਜ਼ੀ ਖਰਚੇ ਗਏ, ਹੁਣ ਹਰ ਗੱਲ ਦੱਸਣੀ ਜ਼ਰੂਰੀ ਆ। ਤੂੰ ਬੋਲਦਾ ਕਿਵੇਂ ਪਿਆ ਮੈਨੂੰ? ਤੈਨੂੰ ਇੰਨੀ ਗੱਲ ਹੀ ਪੁੱਛੀ ਵੀ ਪੈਸੇ ਕਿੱਥੇ ਖਰਚੇ ਗਏ, ਇਹ ਵੀ ਨਹੀਂ ਪੁੱਛਿਆ? ਉਹ ਮੇਰੇ ਆਪਣੇ ਵੀ ਕੋਈ ਖਰਚੇ ਨੇ, 3600 ਚੀਜ਼ਾਂ ਲੈਣੀਆਂ ਹੁੰਦੀਆਂ ਨੇ, ਹੁਣ ਕੱਲੀ ਕੱਲੀ ਚੀਜ਼ ਦਾ ਹਿਸਾਬ ਦੇਵਾਂ ਮੈਂ? ਯਾਰ ਮੈਂ ਹੈਰਾਨ ਆ ਯਾਰ, ਤੂੰ ਬੋਲੀ ਕਿਵੇਂ ਜਾਂਦਾ? ਹਿਸਾਬ ਤਾਂ ਤੈਨੂੰ ਦੇਣਾ ਪੈਣਾ, ਸਾਰੇ ਘਰ ਦਾ ਖਰਚਾ ਮੈਂ ਚੱਕਦਾ। ਹਾਂ ਸਹੀ ਆ, ਖਰਚਾ ਮੈਂ ਚੱਕਦਾ, ਜਿਹੜੇ ਪੈਸੇ ਮੈਂ ਦਿੰਦਾ ਉਹ ਤਾਂ ਤੁਸੀਂ ਖੱਡੀ ਵਾਰਤੇ, ਕਾਸੇ ਗਿਣਤੀ 'ਚ ਆਉਂਦੇ ਆ ਉਹ। ਜਿਹੜੇ ਪੈਸੇ ਤੂੰ ਦਿੰਦਾ ਨਾ, ਉਹ ਵੀ ਮੇਰੇ ਤੋਂ ਹੀ ਲੈ ਕੇ ਦਿੰਦਾ, ਤੇਰੇ ਪਰਸਨਲ ਖਰਚਿਆਂ 'ਚ ਨਿਕਲ ਜਾਂਦੇ ਆ। ਘਰ ਦਾ ਦੱਸ ਤੂੰ ਕਿਹੜਾ ਕੰਮ ਕਰਦਾ, ਕੋਈ ਚੱਕਾ ਖਰਚਾ ਅੱਜ ਤੱਕ? ਤੇ ਰਾਸ਼ਨ ਦੇ ਪੈਸੇ, ਦੁੱਧ ਵਾਲੇ ਦੇ ਪੈਸੇ, ਕੰਮ ਵਾਲੇ ਦੇ ਪੈਸੇ ਮੈਂ ਦਿੰਦਾ। ਤੂੰ ਹੀ ਕਰਦਾ, ਘਰ ਦਾ ਬਿੱਲ, ਫੈਕਟਰੀ ਦਾ ਬਿੱਲ, ਜੇ ਕਿਸੇ ਨੇ ਆਉਣਾ ਹੋਵੇ, ਕਿਸੇ ਨੇ ਜਾਣਾ ਹੋਵੇ, ਉਹ ਸਾਰੇ ਖਰਚੇ ਕੌਣ ਚੱਕਦਾ? ਮੈਂ ਚੱਕਦਾ, ਬੱਚਿਆਂ ਦੇ ਸਕੂਲਾਂ ਦੀ ਫੀਸ ਤੱਕ ਮੈਂ ਭਰਾਉਣਾ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਮੈਂ ਘੱਟ ਕਰਦਾ ਤੇ ਤੁਸੀਂ ਵੱਧ? ਕਹਿਣਾ ਕੀ ਆ, ਹੈ ਹੀ ਇਦਾਂ? ਆਹੀ ਗੱਲ ਆ ਨਾ, ਅਜੇ ਬੈਠ ਕੇ ਫਿਰ ਅੱਧੋ ਤੂੰ ਖਰਚੀ ਵੰਡ ਲਓ। ਵੰਡ ਲਾ, ਪਹਿਲਾਂ ਮੰਮੀ ਨੂੰ ਸੱਦ ਲਾ, ਤੇਰਾ ਕੀ ਆ, ਕੱਲ ਨੂੰ ਮੁੱਕਰ ਜਾਣੇ। ਬੁਲਾ ਲਓ ਫਿਰ, ਜੇ ਤੁਹਾਨੂੰ ਮੇਰੇ ਤੇ ਯਕੀਨ ਨਹੀਂ, ਯਕੀਨ ਮੈਨੂੰ ਵੀ ਨਹੀਂ ਤੁਹਾਡੇ ਤੇ। ਵੰਡ ਲਓ ਜਿਹੜੇ ਖਰਚੇ ਵੰਡਣੇ ਆ ਹੁਣ। ਪੁੱਤ ਕਿਹੜੇ ਖਰਚੇ ਵੰਡਣ ਲੱਗਿਆ? ਤੁਹਾਨੂੰ ਤਾਂ ਹੀ ਵਿੱਚ ਬਿਠਾਇਆ ਵੀ ਤੁਹਾਨੂੰ ਪਤਾ ਲੱਗ ਸਕੇ ਵੀ ਅਸੀਂ ਕਿਹੜੇ ਕਿਹੜੇ ਖਰਚੇ ਵੰਡਣ ਲੱਗੇ ਹਾਂ। ਰਾਸ਼ਨ ਦੇ ਤੇ ਦੁੱਧ ਦੇ ਪੈਸੇ ਮੈਂ ਦਊਂ, ਘਰ ਤੇ ਫੈਕਟਰੀ ਦਾ ਬਿੱਲ ਮੈਂ ਦਊਂ, ਬੱਚਿਆਂ ਦੀ ਫੀਸ ਤੁਸੀਂ ਭਰੋਗੇ, ਤੇ ਆਏ ਗਏ ਦਾ ਖਰਚਾ ਮੈਂ ਚੱਕੂੰ। ਮਨਜ਼ੂਰ ਆ, ਜਵਾਕ ਮੇਰੇ ਨੇ ਤਾਂ ਮੈਂ ਹੀ ਭਰਨੇ ਆ, ਤੇ ਜੜੀ ਬੁੱਟੀ ਦਵਾਈ ਉਹ ਮੈਂ ਕਰੂੰਗਾ, ਤੇ ਜਿਹੜੀ ਲੇਬਰ ਨੂੰ ਤਨਖਾਹ ਦੇਣੀ ਆ ਉਹ ਅੱਧੋ ਅੱਧ, ਤੇ ਜਿਹੜਾ ਪ੍ਰੋਫਿਟ ਉਹ ਵੀ ਅੱਧੋ ਅੱਧ ਹੋਊ। ਦੱਸੋ ਮਨਜ਼ੂਰ ਆ? ਆ ਜਿਹੜੀ ਤੈਸ਼ ਨਾਲ ਬੋਲਦਾ ਨਾ ਮੈਨੂੰ ਅੱਖਾਂ ਕੱਢ ਕੱਢ ਕੇ, ਇਹ ਨਾ ਸਮਝੀ ਮੈਂ ਡਰ ਗਿਆ, ਲੇਬਰ ਦੀ ਤਨਖਾਹ ਅੱਧੀ ਦੇਣ ਲੱਗਿਆ ਤਾਂ ਤੈਨੂੰ ਪ੍ਰੋਫਿਟ ਅੱਧਾ ਦੇਣ ਲੱਗਿਆ। ਮਨਜ਼ੂਰ ਆ? ਜੇ ਕੁਝ ਹੋਰ ਰਹਿ ਗਿਆ ਉਹ ਵੀ ਦੱਸ ਦੋ। ਸਾਰਾ ਕੁਛ ਤਾਂ ਹੋ ਗਿਆ, ਹੁਣ ਕੀ ਰਹਿ ਗਿਆ? ਪੁੱਤ ਮੈਂ ਕੁਛ ਬੋਲਾਂ? ਹਾਂਜੀ ਹਾਂਜੀ ਬੋਲੋ ਮੰਮੀ, ਤੁਹਾਨੂੰ ਤਾਂ ਹੀ ਤਾਂ ਬਿਠਾਇਆ। ਪੁੱਤ ਤੁਹਾਡੀ ਇੱਕੋ ਇੱਕ ਭੈਣ ਆ, ਉਹਦਾ ਤਿੱਥ ਹਥਿਆਰ ਨਾ ਖੁੰਝਣ ਦਿਓ। ਜਿੰਨਾ ਚਿਰ ਮੈਂ ਜਿਉਂਦੀ ਆ ਨਾ ਪੁੱਤ, ਉਨੀ ਦੇਰ ਤਾਂ ਮੈਂ ਕਰੀ ਜਾਂਦੀ ਆ, ਮੇਰੇ ਤੋਂ ਬਾਅਦ ਆਪਣੀ ਭੈਣ ਨੂੰ ਪੁੱਛੀ ਜਾਇਓ ਜ਼ਰੂਰ। ਮੰਮੀ ਉਹਦੀ ਫਿਕਰ ਨਾ ਕਰੋ ਤੁਸੀਂ, ਉਹਦੀ ਜ਼ਿੰਮੇਵਾਰੀ ਸਾਡੀ ਆ। ਕੀ ਸਾਡੀ ਆ, ਨਿੱਤ ਧਾਰੀ ਰਹਿੰਦੀ ਆ ਉਹ, ਕਦੇ ਉਹਨੂੰ ਕੱਪੜੇ ਲਾਉਣੇ ਆ, ਕਦੇ ਕੋਈ ਫੰਕਸ਼ਨ ਆ ਗਿਆ, ਕਦੇ ਕੋਈ ਦਿਲ ਤਿਆਰ ਆ ਗਿਆ, ਕਦੇ ਆਹ ਕਦੇ ਉਹ, ਇਹ ਖਰਚਾ ਮੈਂ ਨਹੀਂ ਚੱਕਣਾ ਵੀਰੇ, ਚੱਕੂ ਚੱਕ ਲੂੰਗਾ, ਉਹੀ ਸਾਲ ਬਾਅਦ ਪ੍ਰੋਪਰਟੀ ਟੈਕਸ ਭਰਾ ਦਿਆ ਕਰੀ। ਬਸ ਠੀਕ ਆ, ਮੈਨੂੰ ਮਨਜ਼ੂਰ ਆ। ਚੱਲ ਤੂੰ ਫਿਕਰ ਨਾ ਕਰ ਭੈਣੇ, ਮੈਂ 1-2 ਦਿਨਾਂ 'ਚ ਤੇਰੇ ਕੋਲ ਆਉਂਦਾ, ਠੀਕ ਹੈ? ਠੀਕ ਆ ਵੀਰੇ, ਚੱਲ ਮੈਂ ਕੱਲ ਨੂੰ ਆਉਂਦੀ ਹਾਂ। ਹੁਣ ਮੈਂ ਤੈਨੂੰ ਦਵਾਂ Thank you.
आ गई भैने? ना 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 ना, भूल गया तू, मेरी तो जिम्मेवारी है सारी वड्डे वीरे दी आ। उना दा हक बनदा सी, उना तो मैं ले ले। जिवें तुसी बिजली दा बिल वंडिया, राशन वंडिया, उवें तुसी भैन वंड ली, ते भैन वड्डे दे हिस्से आ गई। पर भैने मेरी गल तां सुन। गल्लां तां मैं सारियां सुन लियां वीरे, जिहड़ियां तुसी कीतियां ने। धीआं भैणां तां सब दियां सांझियां हुंदियां ने, ते तुसी आ खर्चे वंडदे वंडदिआं ने रिश्ते वी नाल ही वंड ले। धी भावें जिन्नी मर्जी उम्र दी हो जावे, उहनूं हमेशा अपने पेकिआं दे माण रहिंदा वी मेरे पेके ने जिहड़े उह मेरे ने। आ पैसे ना तू आपदे कोल ही रख, किते तेरा बजट ना हिल जावे। पर वीरे मेरे हिस्से दा भरा तां मैनूं दे दे। ਸਤਿ ਸ਼੍ਰੀ ਅਕਾਲ ਜੀ, ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ, ਤੇ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਜਿਹੜੇ ਭੈਣਾਂ ਭਰਾਵਾਂ ਦੇ ਵਿੱਚ ਆਪਸ ਦੇ ਵਿੱਚ ਮਾੜੀ ਮੋਟੀ ਖਿੱਟ ਪਿੱਟ ਚੱਲਦੀ ਆ, ਜਾਂ ਆਪਸ 'ਚ ਬੁਲਾਉਂਦੇ ਨਹੀਂ, ਜਾਂ ਉਹ ਕਿਸੇ ਗੱਲਾਂ ਕਰਕੇ ਇੱਕ ਦੂਜੇ ਤੋਂ ਦੂਰ ਹੋਏ ਹੋਏ ਆ, ਉਹ ਅੱਜ ਦੇ ਦਿਨ ਸਾਡੀ ਇਹ ਵੀਡੀਓ ਦੇਖ ਕੇ ਇੱਕ ਦੂਜੇ ਨੂੰ ਫੋਨ ਜ਼ਰੂਰ ਕਰਨ, ਮਿਲਣ ਜ਼ਰੂਰ, ਅਤੇ ਇੱਕ ਦੂਜੇ ਨਾਲ ਰੱਖੜੀ ਜਿਹੜੀ ਆ ਜ਼ਰੂਰ ਮਨਾਉਣ। ਸੋ ਰਲ ਕੇ ਰਹੋ, ਮਿਲ ਕੇ ਰਹੋ, ਸ਼ੇਅਰ ਕਰਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।